ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਸਾਰਿਆਂ ਤੱਕ ਪਹੁੰਚ ਰਹੀ ਹੈ? ਓਕੇ, ਥੈਂਕ ਯੂ ਟੂ ਆਲ ਫੋਰ ਬੀਇੰਗ ਹੇਅਰ ਟੂਡੇ। ਕੰਗ੍ਰੈਚੁਲੇਸ਼ਨਸ ਟੂ ਦ ਕਮਿਊਨਿਟੀ ਫੋਰ ਵਰਕਿੰਗ ਟੂ ਐਸਟੈਬਲਿਸ਼ ਅ ਨਿਊ ਸੈਂਟਰ, ਬਿਕਾਜ਼ ਵੇਅਰ ਐਵਰ ਵੀ ਆਰ ਵੀ ਨੀਡ ਏ ਪਲੇਸ ਟੂ ਕਮ ਟੂਗੈਦਰ ਐਜ਼ ਅ ਕਮਿਊਨਿਟੀ। ਸੋ ਐਜ਼ ਅ ਕਮਿਊਨਿਟੀ ਸੈਂਟਰ, ਕਾਲ ਇਟ ਅ ਗੁਰਦੁਆਰ, ਕਾਲ ਇਟ ਏ ਧਰਮਸ਼ਾਲ, ਹੋਪਫੁਲੀ ਯੂ ਵਿਲ ਬਿਲਡ ਦ ਲੈਟਰ, ਬਿਕਾਜ਼ ਵੀ ਹੈਵ ਵੇ ਟੂ ਮੈਨੀ ਗੁਰਦੁਆਰੇ। ਇਟ ਵੀ ਗੁੱਡ ਟੂ ਹੈਵ ਅ ਧਰਮਸ਼ਾਲ, ਐਂਡ ਧਰਮਸ਼ਾਲ ਇਜ਼ ਅ ਪਲੇਸ ਜਿੱਥੇ ਧਰਮ ਦ੍ਰਿੜਾਇਆ ਜਾਂਦਾ। ਧਰਮ ਇਜ਼ ਦ ਪਰਪਸ ਆਫ ਆਵਰ ਲਾਈਫ, ਸੋ ਇਟਸ ਇੰਪੋਰਟੈਂਸ ਇਜ਼ ਅ ਬਿਟ ਹਾਇਰ। ਵੀ ਆਰ ਹੀਅਰ ਸੈਲੀਬ੍ਰੇਟਿੰਗ ਬਾਬਾ ਨਾਨਕ। ਸੋ ਕਪਲ ਆਫ ਹਾਊਸ ਕੀਪਿੰਗ ਥਿੰਗਸ ਆਈ ਜਸਟ ਵਾਂਟਡ ਟੂ ਗੈਟ ਆਊਟ ਆਫ ਦ ਵੇ quickly, we will not dwell on those. How many people would not understand if I spoke in Punjabi? If I could see a show of hands. Te je main angrezi ch gall kiti kinne ko lokan nu samajh nahi aani? One and one, tusi kam okha karta hun mix karna paina. So if you find me looking at my notes, je main thalle dekhu bar bar te tusi is nu samajh jayo ki bhi kyunki hun mainu do bhasha vich gal karni pa rahi hai, I have to keep myself on track. So a couple things very quickly. Sade 500 saal jehda assi manande pe ha babe nanak da janam vasakh da kattak da nahi. You will find Sikhs today all over the world celebrating the birth of Nanak's body. It was not in Kattak. I am not here to change your mind. There's a lot of research out there. Main kise da mann change nahi karan aaya itthe ki bhi kadon da research aap hi kar lo. Vasakh da janam hai Nanak Sahib ji di body da, not Kattak. Pehli gal clear kar li hai, assi 550 saal mana rahe hain te main te tad da mana rahe hain te pure saal manai jana, ਅਗਲੇ ਸਾਲ ਵੀ ਮਨਾਉਂ, ਕਿਉਂਕਿ ਰਿਲੇਸ਼ਨ ਸਾਡਾ ਨਾਨਕ ਸਾਹਿਬ ਨਾਲ ਆ। ਠੀਕ ਆ, ਪਹਿਲੀ ਗੱਲ। ਦੂਜੀ ਗੱਲ, ਗੁਰਮਤਿ ਦੇ ਵਿੱਚ ਕਿਸੇ ਦਿਨ ਦੀ ਕੋਈ ਸਪੈਸ਼ਲ ਸਿਗਨੀਫਿਕੈਂਸ ਨਹੀਂ ਹੈ। ਕੋਈ ਵੀ ਦਿਨ ਹੋਵੇ, ਤੁਹਾਡਾ ਜਨਮ, ਬਾਬੇ ਨਾਨਕ ਦਾ ਜਨਮ, ਕਬੀਰ ਸਾਹਿਬ ਦਾ ਜਨਮ, ਸਾਡੇ ਬੱਚਿਆਂ ਦਾ ਜਨਮ, ਅਸੀਂ ਮਨਾਉਂਦੇ ਸਾਰੇ ਹਾਂ ਕਿਉਂਕਿ ਸਾਡੇ ਲਈ ਇੰਪੋਰਟੈਂਟ ਆ। ਪਰ ਕਿਸੇ ਇੱਕ ਦਿਨ ਦੀ ਸਪੈਸ਼ਲ ਸਿਗਨੀਫਿਕੈਂਸ ਨਹੀਂ ਹੈ, ਕਿਉਂਕਿ ਟਾਈਮ ਸਾਡਾ ਬਣਾਇਆ ਹੋਇਆ, ਅਸੀਂ ਸ਼ੁਰੂ ਕੀਤੀ ਹੈ ਨਾ, ਮੰਥ ਵੀ ਅਸੀਂ ਬਣਾਏ ਹਾਂ, ਟਾਈਮ ਤਾਂ ਚੱਲੀ ਜਾਂਦਾ, ਕਦੋਂ ਦਾ ਕਿਸੇ ਨੂੰ ਨਹੀਂ ਪਤਾ, ਅਸੀਂ ਡਿਸਕ੍ਰੀਟ ਬਣਾਏ ਹਾਂ। ਸੋ ਇਹ ਦੋ ਚੀਜ਼ਾਂ ਆਪਾਂ ਬਾਹਰ ਕਰ ਦਈਏ, ਕਿਉਂਕਿ ਅਸੀਂ ਗੱਲ ਕਰਨੀ ਹੈ, ਇਫ ਵੀ ਆਰ ਗੋਇੰਗ ਟੂ ਸੈਲੀਬ੍ਰੇਟ ਨਾਨਕ, ਵੀ ਨੀਡ ਟੂ ਸੈਲੀਬ੍ਰੇਟ ਤੱਤ, ਵੀ ਡੋਂਟ ਨੀਡ ਟੂ ਵਰੀ ਅਬਾਊਟ ਅਦਰ ਥਿੰਗਸ। ਓਕੇ, ਸਾਊਂਡ ਫੇਅਰ? ਆਲਰਾਈਟ, ਸੋ ਇਨ ਆਰਡਰ ਟੂ ਟਾਕ ਅਬਾਊਟ ਨਾਨਕ, ਵੀ ਨੀਡ ਟੂ ਗੈਟ ਆਵਰ ਡਾਇਰੈਕਸ਼ਨ ਫਰੋਮ ਗੁਰਬਾਣੀ। ਸੇਧ ਅਸੀਂ ਗੁਰਬਾਣੀ ਤੋਂ ਲੈਣੀ ਹੈ, ਜਿਹੜੀ ਵੀ ਗੱਲ ਕਰਨੀ ਹੈ। ਸੋ ਹੁਣ ਸ਼ੁਰੂ ਕਰਨ ਵੇਲੇ ਮੈਂ ਤੁਹਾਡੇ ਤੋਂ ਇੱਕ ਰਿਕੁਐਸਟ ਕਰਨੀ ਹੈ। ਆਈ ਵਾਂਟ ਟੂ ਐਸਕ ਅ ਫੇਵਰ ਆਫ ਆਲ ਆਫ ਯੂ। ਜੋ ਮੈਂ ਬੋਲ ਰਿਹਾ ਅਤੇ ਜੋ ਤੁਸੀਂ ਸੁਣ ਰਹੇ ਹੋ, ਉਸ ਦੇ ਢੰਗ ਨੂੰ ਚੇਂਜ ਕਰਨ ਲਈ, ਢੰਗ ਕੀ ਹੈ ਅਤੇ ਬਾਬੇ ਨਾਨਕ ਦਾ ਇਗਜ਼ੈਂਪਲ ਹੈ ਅਤੇ ਮੈਟਾਫੋਰ ਹੈ, ਮੈਂ ਆਪ ਜੀ ਨਾਲ ਸ਼ੇਅਰ ਕਰਨਾ, ਸੁਣਿਆ ਵੀ ਹੋਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਜਾ ਕੋ ਜਾਵੋ, ਸੁਣਿਆ ਨਾ। ਵੈਨ ਯੂ ਗੋ ਟੂ ਮੇਕ ਬਟਰ, ਦੀ ਓਬਜੈਕਟਿਵ ਇਜ਼ ਟੂ ਮੇਕ ਬਟਰ, ਬਟ ਡੂ ਯੂ ਜਸਟ ਟੇਕ ਮਿਲਕ ਐਂਡ ਪੋਰ ਇਟ ਇਨਟੂ ਯੂਟੈਂਸਲ? ਕਿਸੇ ਵੀ ਭਾਂਡੇ ਦੇ ਵਿੱਚ ਜਾ ਕੇ ਅਸੀਂ ਦੁੱਧ ਪਾ ਦੇਈਦਾ ਜਦੋਂ ਮੱਖਣ ਬਣਾਉਣਾ ਹੁੰਦਾ? ਨਹੀਂ, ਪਹਿਲਾਂ ਭਾਂਡੇ ਨੂੰ ਧੋਈਦਾ। ਫਸਟ ਵੀ ਗਟ ਟੂ ਵਾਸ਼ ਦੀ ਯੂਟੈਂਸਲ, ਐਂਡ ਲੈਟਸ ਬੀ ਕਲੀਅਰ, ਵੀ ਆਰ ਨਾਟ ਟਾਕਿੰਗ ਅਬਾਊਟ ਬਟਰ ਹੇਅਰ, we're not talking about a utensil. Our man is the utensil. Man sada bhanda jinu assi dhona te je oh dhota te kam khatam nahi hoya, our work is not done, because then we need to give it dhoop. Dhoop is sunshine. And why sunshine? You know, in English there's a kahawat, sunshine is a great disinfectant. Suni honi shayad aap ji ne, oh badi zaruri hai. ਐਕਚੁਅਲੀ ਜਰਨਲਿਸਟ ਵੀ ਯੂਜ਼ ਕਰਦੇ ਆ, ਬਿਕਾਜ਼ ਜਿੱਥੇ ਜਿੱਥੇ ਲੋਕ ਲੁਕ ਕੇ ਕੰਮ ਕਰਦੇ ਆ ਨਾ, ਉਹ ਹਨੇਰੇ 'ਚ ਕਰਦੇ ਆ,
ਅਤੇ ਜਦੋਂ ਉੱਥੇ ਲਾਈਟ ਪੈਂਦੀ ਹੈ ਤਾਂ ਸਾਰੇ ਚੂਹੇ ਜਿਹੜੇ ਗਿੱਦੜ ਭੱਜਦੇ ਆ, ਕਿਉਂਕਿ ਲਾਈਟ ਤੋਂ ਸਾਰੇ ਡਰਦੇ ਆ, ਕਿਉਂਕਿ ਲਾਈਟ ਚੀਜ਼ਾਂ ਨਜ਼ਰ ਆ ਜਾਂਦੀਆਂ ਨੇ ਅਤੇ ਉਹ ਲਾਈਟ ਜਿਹੜੀ ਆ ਚੀਜ਼ਾਂ ਨੂੰ ਸਾੜ ਵੀ ਦਿੰਦੀ ਹੈ, ਕਿਹੜੀਆਂ ਚੀਜ਼ਾਂ ਨੂੰ ਜਿਹੜੀਆਂ ਸਾਨੂੰ ਹਾਰਮ ਕਰ ਸਕਦੀਆਂ ਨੇ। ਸੋ ਜੇ ਬਟਰ ਸਾਨੂੰ ਚਾਹੀਦਾ ਤਾਂ ਭਾਂਡੇ ਅਤੇ ਸਨਲਾਈਟ ਜ਼ਰੂਰੀ ਆ। ਸੋ ਸਨਲਾਈਟ ਦਾ ਇੱਥੇ ਕੀ ਸੰਕੇਤ ਆ? ਵਟ ਇਜ਼ ਦੈਟ ਗਿਵਿੰਗ ਅਸ ਹੀਅਰ? ਇਜ਼ ਦੈਟ ਵਨ ਵੀ ਆਰ ਟਾਕਿੰਗ ਅਬਾਊਟ ਬਾਬਾ ਨਾਨਕ, ਵਨ ਵੀ ਆਰ ਅਟੈਂਪਟਿੰਗ ਟੂ ਗੈਟ ਡਾਇਰੈਕਸ਼ਨ ਫਰੋਮ ਗੁਰਬਾਣੀ, ਦੈਨ ਦ ਡਾਇਰੈਕਸ਼ਨ ਇਜ਼ ਨਾਟ ਫੋਰ ਐਨੀਬਡੀ ਐਲਸ, ਦ ਡਾਇਰੈਕਸ਼ਨ ਇਜ਼ ਫੋਰ ਮਾਈ ਲਾਈਫ। ਸੋ ਐਨੀਥਿੰਗ ਦੈਟ ਆਈ ਟਾਕ ਅਬਾਊਟ ਹੀਅਰ ਇਜ਼ ਫੋਰ ਮਾਈ ਲਾਈਫ ਐਂਡ ਯੂ ਐਜ਼ ਅ ਲਿਸਨਰ ਇਜ਼ ਫੋਰ ਯੋਰ ਲਾਈਫ। ਸੋ ਮਾਈ ਰਿਕੁਐਸਟ ਇਜ਼, ਰਿਕੁਐਸਟ ਮੇਰੀ ਇਹ ਹੈਗੀ ਆ ਕਿ ਜਦੋਂ ਤੁਸੀਂ ਸੁਣ ਰਹੇ ਹੋ, ਜਿਹੜੀ ਚੀਜ਼ ਨੂੰ ਤੁਸੀਂ ਆਲਰੇਡੀ ਸਮਝਦੇ ਹੋ ਨਾ, ਉੱਥੋਂ ਨਾ ਸੁਣਿਓ। ਡੂ ਨਾਟ ਲਿਸਨ ਫਰੋਮ ਵਟ ਯੂ ਆਲਰੇਡੀ ਨੋ, ਬਿਕੋਜ਼ ਯੂ ਆਲਰੇਡੀ ਹੈਵ ਵਟ ਯੂ ਹੈਵ ਫਰੋਮ ਵਟ ਯੂ ਆਲਰੇਡੀ ਨੋ। ਇਫ ਯੂ ਲਿਸਨ ਫਰੋਮ ਵਟ ਯੂ ਆਲਰੇਡੀ ਨੋ, ਯੂ ਵਿਲ ਗੇਨ ਨਥਿੰਗ। ਸੋ ਮਾਈ ਇਨਵੀਟੇਸ਼ਨ ਇਜ਼ ਫੋਰ ਅ ਲਿਟਲ ਵਾਇਲ, ਜਸਟ ਲਾਈਕ ਨਾਨਕ ਆਸਕਡ ਅਸ ਟੂ ਪਲੇ ਅ ਗੇਮ ਆਫ ਲਵ। ਸੋ ਇਫ ਯੂ ਆਰ ਗੋਇੰਗ ਟੂ ਟਾਕ ਅਬਾਊਟ ਨਾਨਕ, ਇਟਸ ਅ ਗੇਮ ਆਫ ਲਵ, ਐਂਡ ਦਿਸ ਇਜ਼ ਸੈਡ ਆਊਟ ਆਫ ਲਵ ਟੂ ਆਲ ਆਫ ਯੂ, ਬਿਕੋਜ਼ ਆਈ ਐਮ ਨਾਟ ਐਕਚੁਅਲੀ ਸਪੀਕਿੰਗ ਟੂ ਯੂ, ਆਈ ਐਮ ਸਪੀਕਿੰਗ ਟੂ ਮਾਈਸੈਲਫ। ਸੋ ਫਰੋਮ ਦੈਟ ਓਬਜੈਕਟਿਵ, ਵਾਈ ਵਨ ਵੀ ਸੇ ਵੀ ਵਾਂਟ ਬਟਰ, ਇੱਥੇ ਬਟਰ ਕੀ ਹੈ? ਦੂਧ ਕਰਮ ਫੁੰਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ, ਨਿਰਾਸ਼ ਹੋ ਕੇ ਜਮਾਣਾ, ਵਿਦਆਊਟ ਏ ਵਰੀ ਔਰ ਏ ਥਿੰਗ ਟੂ ਗੈਟ ਆਊਟ ਆਫ ਦਿਸ ਬਿਸਾਈਡ ਬਟਰ, ਵਟ ਆਰ ਵੀ ਟਰਾਇੰਗ ਟੂ ਗੈਟ ਆਊਟ ਆਫ ਦਿਸ? ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਵੀ ਨੀਡ ਟੂ ਰਿਫਲੈਕਟ ਅਪਾਨ ਆਵਰ ਬੀਇੰਗ, ਉਹੀ ਇੰਪੋਰਟੈਂਟ ਹੈ, ਕਿਉਂਕਿ ਫਲ ਹੋਰ ਕਿਤੋਂ ਨਹੀਂ ਮਿਲਣਾ। ਵੀ ਵਿਲ ਨਾਟ ਗੈਟ ਐਨੀਥਿੰਗ ਆਫ ਵੈਲਿਊ ਇਫ ਵੀ ਫੋਕਸ ਆਨ ਅਦਰ ਥਿੰਗਸ। ਸੋ ਦਿਸ ਇਜ਼ ਦ ਕੰਟੈਕਸਟ ਫੋਰ ਆਵਰ ਲਿਸਨਿੰਗ। ਸੋ ਦ ਨੈਕਸਟ ਮਿਨਟਸ ਵੀ ਹੈਵ, ਵੀ ਆਈ ਰਿਕੁਐਸਟ ਆਫ ਯੂ ਟੂ ਇੰਗੇਜ ਇਨ ਦੈਟ ਗੇਮ ਥਰੂ ਦਿਸ, ਐਂਡ ਵੀ heard this already, jap bani Guru Nanak Sahib, through which the pothi sahib starts. There is a fundamental question. Shuruaat vich jap bani de hega kiv sachyara hoyi hai, kiv koode tutta paal hai, how do I get to live an authentic life, not who I think I am, but as some speakers before me have pointed out already, this is the khed of ik onkar, ik o beant, one infinite manifest, it has infinite manifestations. When one is projecting itself through all of us, am I doing it out of some sort of misalignment with reality, or is it with reality of one? Ki main dvait vichon jee reha ya main us ik ਨੂੰ, ਉਹ ਹਾਜ਼ਰ ਨਾਜ਼ਰ ਹੈ ਜੋ ਉਹ ਨਜ਼ਰ ਆ ਰਿਹਾ, ਉਸ ਦੇ ਵਿੱਚੋਂ ਜਿਹੜੀ ਨਾਨਕ ਦੀ ਖੇਡ ਹੈ, ਜਿਹੜੀ ਸੱਚਾਈ ਨੂੰ ਪ੍ਰਗਟ ਕਰਦੀ ਹੈ, ਜਿਹੜੀ ਸਤਿਗੁਰ ਨੂੰ ਪ੍ਰਗਟ ਕਰਦੀ ਹੈ, ਇਜ਼ ਦੈਟ ਕਮਿੰਗ ਆਊਟ, ਐਂਡ ਦੈਟ ਇਜ਼ ਦ ਗੇਮ। ਕਿਵ ਸਚਾਰਾਂ ਹੋਈ ਹੈ, ਕਿਵ ਕੂੜੇ ਤੁੱਟਾ ਪਾਲ? ਯੂ ਮਾਈਟ ਵਾਂਟ ਟੂ ਸੇ ਦਿਸ ਇਜ਼ ਅ ਕੁਐਸਚਨ, ਇਟ ਮਾਈਟ ਆਲਸੋ ਬੀ ਰਿਟੋਰੀਕਲ, ਲਾਈਕ ਕਿਵੇਂ ਹੋ ਜਾਵਾਂਗੇ ਸਚਿਆਰ? ਲਾਈਕ ਗੱਲਾਂ ਤਾਂ ਸਾਰੇ ਕਰਦੇ ਆ, ਕਿਵੇਂ ਹੋ ਜਾਵਾਂਗੇ? ਕਿਵ ਸਚਾਰਾਂ ਹੋਈ ਹੈ, ਕਿਵ ਕੂੜੇ ਤੁੱਟਾ ਪਾਲ? Kabir Sahib, if you read him, he is also very pointed and cutting in many ways, because we talk a lot and we think a lot and we make up a lot of stuff, but our life doesn't reflect that power or beauty, and that is where the test is, right? That's where the butter shows up, and that's where the panda, whether it's clean or not, shows up. So I will just take a very few quick couple of minutes to take you through a structure of jap bani, because this divan started with a recitation of jap. Kiv sachyara is the first pauri, it ends with hukam razai chalana nanak likhya naal, because hukam has a big part to play in this. What is the second one? If you want to align with hukam, you must understand, you must get what hukam is. Nanak hukme je bujhe ta ho main kahna koi, kyunki hukam bujhna, ਇਹਦਾ ਮਤਲਬ ਹੈ ਇਟਸ ਨੋਟ ਅਵੇਲੇਬਲ ਐਵੇਂ ਟੂ ਅੰਡਰਸਟੈਂਡ। ਜਿਹੜੀ ਬੁਝਾਰਤਾਂ ਸਾਡੇ ਬਜ਼ੁਰਗਾਂ ਨੂੰ ਪਤਾ, ਪਹੇਲੀਆਂ ਆਉਂਦੀ ਸੀਗੀਆਂ, ਸਾਨੂੰ ਕੋਈ ਦੱਸ ਦਿੰਦਾ ਸੀ। ਅੱਜ ਕੱਲ੍ਹ ਮਾਫ਼ ਕਰਿਓ, ਆਰ ਯੰਗਰ ਜਨਰੇਸ਼ਨਸ ਇੰਕਲੂਡਿੰਗ ਅਸ ਹੈਵ ਬਿਕਮ ਵੈਰੀ ਡਲ,
ਸਾਨੂੰ ਕੋਈ ਛੋਟੀ ਜਿਹੀ ਬੁਝਾਰਤ ਦੱਸੇ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਕੋਈ ਪੋਇਟਰੀ ਦੱਸੇ ਸਾਨੂੰ ਲੱਗਦਾ ਜੀ ਪਤਾ ਨਹੀਂ ਕਿੱਥੋਂ ਨਿਕਲ ਗਈ ਜੀ ਕਿਹੜੀ ਗੱਲ ਕਰ ਗਏ ਨੇ ਜੀ। ਉਹ ਆਪਣਾ ਦਿਮਾਗ ਜਿਹੜਾ ਰੱਬ ਨੇ ਦਿੱਤਾ ਉਹ ਸ਼ਾਰਪ ਕਰਨਾ, ਕਿਉਂਕਿ ਆਹ ਚੀਜ਼ਾਂ ਪਕੜ 'ਚ ਆਉਣਗੀਆਂ, ਇਹ ਬੁੱਝਾਂਗੇ ਤਾਂ ਗੱਲ ਸਮਝ ਆਓ। ਇਹ ਬੁਝਾਰਤ ਹੈ, ਹੁਕਮ ਨੂੰ ਬੁੱਝਣਾ, ਹੁਕਮੇ ਜੇ ਬੁੱਝਿਆ ਤਾਂ ਹਾਂ ਮੈਂ ਕਹੇ ਨਾ ਕੋਈ, ਕਿਉਂਕਿ ਪ੍ਰੋਬਲਮ ਸਾਰੀ ਕੀ ਹੈ, ਹਾਂ ਮੈਂ ਆਈ ਐਮ ਐਂਡ ਨੋਟ ਜਸਟ ਆਈ ਐਮ। ਜਦੋਂ ਮੈਨੂੰ ਲੱਗਦਾ ਨਾ ਕਿ ਤੁਸੀਂ ਮੇਰੇ ਆਈ ਐਮ ਨੂੰ ਥ੍ਰੈਟਨ ਕਰ ਰਹੇ ਹੋ, ਤਾਂ ਫਿਰ ਉਹ ਆਈ ਐਮ ਬੜਾ ਦ੍ਰਿੜ ਹੋ ਜਾਂਦਾ, ਡਾਡਾ ਹੋ ਜਾਂਦਾ। ਦੈਨ ਆਈ ਫਾਈਂਡ ਅ ਲੋਟ ਆਫ ਵੈਰ, ਆਈ ਫਾਈਂਡ ਅ ਲੋਟ ਆਫ ਰੀਜ਼ਨਸ ਟੂ ਮੇਕ ਯੂ ਰੋਂਗ ਐਂਡ ਯੂ ਰੋਂਗ ਐਂਡ ਯੂ ਰੋਂਗ, ਬਿਕਾਜ਼ ਵਾਈ ਨਾਟ ਆਈ ਐਮ। ਇਹ ਬੜੀ ਵੱਡੀ ਪ੍ਰੋਬਲਮ ਹੈ, ਕਿਵੇਂ ਇਨ ਪ੍ਰੋਗਰੈਸ਼ਨ ਹੈ। ਹੁਣ ਅਗਲੀ ਪੌੜੀ, ਨਾਨਕ ਵਿਗਸੈ ਵੇ ਪਰਵਾਹ। ਵਿਗਾਸ ਇਜ਼ ਅ ਬਿਊਟੀਫੁਲ ਸਟੇਟ ਵਿਚ ਇਜ਼ ਰਿਲੇਟਡ ਟੂ ਵਿਸਮਾਦ ਦੈਟ ਵੀ ਕੈਨ ਗੈਟ। ਜਿਹੜਾ ਅਸਰ ਭਾਈ ਵੀਰ ਸਿੰਘ ਕਹਿੰਦੇ ਨੇ ਬੋਡੀ 'ਤੇ ਜਿਹੜਾ ਅਸਰ ਹੁੰਦਾ ਨਾ ਕੁਦਰਤ ਦਾ, ਜਿਹੜੀ ਫੁੱਟ ਕੇ ਪਿਆਰ ਪੈਂਦਾ ਨਾ, ਉਹ ਵਿਸਮਾਦ ਹੈ। ਐਂਡ ਆਰ ਵੀ ਫਾਈਂਡਿੰਗ ਦੈਟ ਵਿਸਮਾਦ ਇਨ ਆਵਰ ਲਾਈਫ ਵਨ ਵੀ ਲੁੱਕ ਅਰਾਊਂਡ ਐਂਡ ਇਸ ਕਲਾਊਡਸ ਦੈਟ ਆਰ ਬਿਊਟੀਫੁਲ ਬਟ ਆਲਸੋ ਦੇਰ ਇਜ਼ ਬਿਊਟੀ ਰਾਈਟ ਹੀਅਰ ਵਿਦ ਇਨ ਆਵਰ ਲਾਈਫਸ, ਈਚ ਅਦਰਸ ਲਾਈਫਸ, ਇਜ਼ ਦੈਟ ਵਿਗਾਸ ਦੇਰ। ਨਾਨਕ ਵਿਗਸੈ ਵੇ ਪਰਵਾਹ, ਐਂਡ ਵਰਡ ਹੈਗਾ ਵੇ ਪਰਵਾਹ, ਸੁਣਿਆ ਹੋਣਾ ਬੇਪਰਵਾਹ। ਬੇਪਰਵਾਹ ਸਦਾ ਰੰਗ ਹਰ ਕੈ, ਸੁਣਿਆ ਨਾ, ਇਹ ਲਾਪਰਵਾਹ ਤਾਂ ਨਹੀਂ ਸੀਗਾ। ਬੇਪਰਵਾਹ ਇਜ਼ ਖੇਅਰ ਫਰੀ, ਲਾਪਰਵਾਹ ਇਜ਼ ਖੇਅਰ ਲੈਸ। ਇਫ ਵੀ ਕਾਲ ਆਰ ਸੈਲਵਸ ਸਿੱਖਸ, ਐਂਡ ਬਾਏ ਦ ਵੇ ਐਵਰੀ ਸਿੰਗਲ ਪਰਸਨ ਅਲਾਈਵ ਇਜ਼ ਏ ਸਿੱਖ, ਐਂਡ ਦੇਰ ਇਜ਼ ਓਨਲੀ ਵਨ ਗੁਰੂ, but we'll come to that. We want to give labels that the people wearing this are this, people not wearing this are that, but we need to get our direction from Gurbani, and Gurbani shows us the way. The next one shows Nanak eva janiye sab ape sachyar. Question si ga na pehla kiv sachyara hoyi hai, kiv koode tutta paal, and Guru Sahib ਗੁਰਬਾਣੀ ਹੀਅਰ ਟੈਲਸ ਅਸ ਨਾਨਕ ਇਵੇਂ ਜਾਣੀ ਹੈ ਸਭ ਆਪੇ ਸਚਿਆਰ। ਪਰ ਕਿਵੇਂ ਜਾਣੀ ਹੈ? ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਸੋ ਵਟ ਇਜ਼ ਦਿਸ ਮੋਖ ਦੁਆਰ? ਵੀ ਬਿਨ ਗਿਵਨ ਅ ਲਾਰ ਸਟੋਰੀਜ਼। ਇਹ ਮੋਖ ਦੁਆਰ ਜੀ, ਜੀਵਨ ਜਿਹੜਾ ਇਹ ਨਰਕ ਆ, ਇਹ ਤੋਂ ਆਪਾਂ ਫਰੀ ਹੋਣਾ, ਕਿਉਂਕਿ ਆਪਾਂ ਕਿਤੇ ਜਾਣਾ, ਹਾਂਜੀ ਫਰੀ ਤਾਂ ਹੋਵਾਂਗੇ। ਪਰ ਕਬੀਰ ਸਾਹਿਬ ਤਾਂ ਕਹਿੰਦੇ ਆ ਵੀ ਮੈਨੂੰ ਤਾਂ ਫਰੀਡਮ ਹੋਣੀ ਚਾਹੀਦੀ ਆ, ਮਰ ਕੇ ਕਿਹਨੇ ਦੇਖੀ ਆ, ਮੈਨੂੰ ਕਹਾਣੀਆਂ ਨਾ ਸੁਣਾਈ ਜਾਓ। ਸੋ ਗੁਰਬਾਣੀ ਤੋਂ ਅਸੀਂ ਇੰਸਪੀਰੇਸ਼ਨ ਲੈਣੀ ਤਾਂ ਅਸੀਂ ਵੀ ਕਹਾਣੀਆਂ ਨਾ ਸੁਣੀ ਜਾਈਏ। ਫਰੀਡਮ ਸਾਨੂੰ ਹੋਣੀ ਚਾਹੀਦੀ ਆ, ਅਤੇ ਫਰੀਡਮ ਕਾਹਦੀ? ਫਰੀਡਮ ਇਜ਼ ਐਕਚੁਅਲੀ ਫਰੋਮ ਦਾ ਹੋਮ ਹੈ, ਇਜ਼ ਫਰੋਮ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਜਿਹਦੇ ਵਿੱਚ ਮੈਂ ਜੀ ਰਿਹਾ, ਜਿਹੜਾ ਮੇਰਾ ਭਾਂਡਾ ਮਲੀਨ ਹੈ। ਮਾਈ ਯੂਟੈਂਸਲ ਇਜ਼ ਡਰਟੀ, ਵਟ ਐਮ ਆਈ ਗੋਇੰਗ ਟੂ ਗੈਟ ਆਊਟ ਆਫ ਦਿਸ? ਐਕਚੁਅਲੀ ਆਈ ਨੀਡ ਟੂ ਵਰਕ ਔਨ ਦਿਸ, ਐਂਡ ਦੈਟਸ ਅ ਰਿਪੀਟਡ ਮੈਸੇਜ ਇਨ ਗੁਰਬਾਣੀ। ਅਗਲਾ ਆਉਂਦਾ, ਸੋ ਮੈਂ ਵਿਸਰ ਨਾ ਜਾਈ, ਦੋ ਪੌੜੀਆਂ। ਸੋ ਮੈਂ ਵਿਸਰ ਨਾ ਜਾਈ, ਮੈਂ ਨਾ ਭੁੱਲ ਜਾਵਾਂ। ਜਿਹੜਾ ਅਸੀਂ ਸੁਣਦੇ ਹਾਂ ਨਾ ਸਿਮਰਨ ਦੀ ਗੱਲ ਆ, ਸਿਮਰਨ ਕੀ ਹੈ? ਸਮ੍ਰਿਤੀ, ਯਾਦ, ਇਟ ਇਜ਼ ਟੂ ਰਿਮੈਂਬਰ, ਕਿ ਮੈਨੂੰ ਵਿਸਰ ਨਾ ਜਾਏ। ਅੱਗੇ ਕੀ ਹੈ? ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਨ ਵਾਈ ਐਮ ਬ੍ਰਿੰਗਿੰਗ ਦਿਸ ਅਪ, that this one that we want to connect with, oh sujda hi nahi je tis gun koi kare di gall ho rahi hai, because gall te guna di hai, it is about virtues. And then my dear brothers and sisters, there are four paudiyan on sunne, and there are four on manne. So when I asked you and I requested you to actively see your own listening and your filter, ਮੈਂ ਤੁਹਾਨੂੰ ਬੇਨਤੀ ਤਾਂ ਹੀ ਕੀਤੀ ਹੈ ਕਿ ਆਪਣੀ ਲਿਸਨਿੰਗ ਵੱਲ ਧਿਆਨ ਦਿਓ ਕਿ ਤੁਸੀਂ ਮੇਰੀ ਗੱਲ ਵੀ ਕਿਹੜੇ ਫਿਲਟਰ 'ਚ ਸੁਣ ਰਹੇ ਹੋ, ਕਿਉਂਕਿ ਤਾਂ ਬਾਬਾ ਨਾਨਕ ਚਾਰ ਪੌੜੀਆਂ ਖਰਚਦੇ ਨੇ ਜਪ ਬਾਣੀ, ਜਿਹੜੀ ਮੁੱਢਲੀ ਬਾਣੀ ਹੈ, ਹਾਊ ਟੂ ਲਿਸਨ ਐਂਡ ਆਲਸੋ ਮੰਨਣਾ।
ਤਾਂ ਪੰਚ ਦੀ ਗੱਲ ਆਉਂਦੀ ਹੈ ਜਿਹੜੀ ਕਿ ਸਭ ਤੋਂ ਸੋਹਣੀ ਅਵਸਥਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈਂ ਦਰਗਾਹ ਮਾਨ ਸੋ ਦੈਟ ਵਾਜ਼ ਅ ਲਿਟਲ ਬਿਟ ਆਫ ਐਨ ਅਸਾਈਡ ਬਟ ਇਟਸ ਵੈਰੀ ਇੰਪੋਰਟੈਂਟ ਬਿਕੋਜ਼ ਦੈਟ ਇਜ਼ ਦ ਸਟਰਕਚਰ ਆਫ ਗੁਰਬਾਣੀ ਐਂਡ ਇਫ ਵੀ ਵਾਂਟ ਟੂ ਟਾਕ ਅਬਾਊਟ ਗੁਰਬਾਣੀ ਦ ਡਾਇਰੈਕਸ਼ਨ ਇਜ਼ ਵਿਦਇਨ ਇਟ ਔਨ ਹਾਊ ਟੂ ਲਿਸਨ ਐਂਡ ਹਾਊ ਟੂ ਲਿਵ ਬੁੱਝ ਕੇ ਸੋ ਇਨ ਓਰਡਰ ਟੂ ਬੀ ਔਥੈਂਟਿਕ ਐਕਸਪ੍ਰੈਸ਼ਨਸ ਆਫ ਇੱਕ ਓਅੰਕਾਰ ਵੀ need to break the barriers of our own inauthenticity. Authentic da antonym ohi hai na ki bhi sachyar ho ke jina te dooja kehda koodyar kood kehdi cheez hai jehdi tut jandi jehdi kachi hai so how do I do that it is only when I align with hukm this has something to do with the power of intention and cause and effect ਗੁਰੂ ਬਾਣੀ ਜਿਹੜੀ ਬਾਣੀ ਗੁਰੂ ਆ ਉਹ ਡਿਮੈਂਡ ਕਰ ਰਹੀ ਹੈ ਸਾਡੇ ਤੋਂ ਵਿਵੇਕ ਵਿਚ ਇਜ਼ ਸ਼ਾਰਪਨੈਸ ਨੋਟ ਡਲਨੈਸ ਐਂਡ ਤੱਤ ਗਿਆਨ ਵਿਚ ਇਜ਼ ਇਸੈਂਸ਼ੀਅਲ ਵਿਜ਼ਡਮ ਵਿਚ ਇਜ਼ ਵਟ ਵੀ ਕਾਲ ਮੂਲ ਇਜ਼ ਬਾਏ ਦ ਵੇ ਇਟ ਹੈਜ਼ ਨੋ ਸਿਰਲੇਖ ਇੱਕ ਓਅੰਕਾਰ ਇੱਕ ਉਹ ਬੇਅੰਤ ਜੋ ਵੀ ਤੁਸੀਂ ਕਹਿਣਾ ਤੋਂ ਲੈ ਕੇ ਗੁਰਪ੍ਰਸਾਦ different forms which aanda gurbani de vich every single raag every chapter every topic starts with the same thing so please don't dismiss it every time we think about that that's what we need to go through in our mind that's the context that gurbani is setting for us us chahi hai us context vich apna gal karni hai te problem ki hai hun kyunki problem te pahunchna zaruri hai na assi 550th year celebrate karange gur nanak sahib da babe nanak da have you heard what we are calling this year sare kehnde hai na gur nanak sahib da prakash purab right prakash it's a very keenty word bahut important word hai sikhi layi par prakash kada prakash body da ਜਿਵੇਂ ਬੱਚਿਆਂ ਦੀ ਬੁੱਕ ਹੁੰਦੀਆਂ ਨੇ ਨਾ ਕੌਮਿਕ ਬੁੱਕਸ ਉਹਦੇ ਵਿੱਚ ਬਾਬਾ ਨਾਨਕ ਜਾ ਰਿਹਾ ਅਤੇ ਬਾਬੇ ਨਾਨਕ ਦੇ ਪਿੱਛੇ ਹੇਲੋ ਹੈਗਾ ਲਾਈਟ ਆ ਰਹੀ ਹੈਗੀ ਹੈ ਇਹ ਪ੍ਰਕਾਸ਼ ਬਾਬੇ ਨਾਨਕ ਦੀ ਬੋਡੀ ਦਾ ਸੀਗਾ ਨਹੀਂ ਪ੍ਰਕਾਸ਼ ਤਾਂ ਗਿਆਨ ਹੈ ਗਿਆਨ ਦਾ ਪ੍ਰਕਾਸ਼ ਹੈ ਨਾ ਕਿਉਂਕਿ ਅੰਧਕਾਰ ਕਿਹੜਾ ਦੂਰ ਹੋਣਾ ਡਾਰਕਨੈਸ ਵਿਚ ਡਾਰਕਨੈਸ ਵਿਲ ਡਿਸਪਰਸ ਵਨ ਲਾਈਟ ਹਿਟਸ ਇਟ ਇਟਸ ਅ ਗਿਆਨ ਫੋਰ ਇੰਸਟੈਂਸ ਸਮਥਿੰਗ ਆਈ ਡਿਡ ਨਾਟ ਨੋ ਅੰਟਿਲ ਦਿਸ ਮੂਮੈਂਟ I was in the dark about it. Now a light fell upon it and I'm no longer in the dark. That means us gal da prakash ho gaya mere vich chanan aa gaya. Theek hai na? Main is karke mention kar reha hu kyunki sikh layi suchet hona bahut zaruri hai. And are we living a suchet life or not? What are the words that we are using? We are saying prakash babe nanak da. Not only that. Prakash Guru Nanak Dev da. We'll come to that. So the body does not shine, it is the wisdom that enlightens. But who enlightens you? Does Guru enlighten you? Does Nanak enlighten you? Je sachai vich je apne andar chaati mari hai na, you enlighten you. ਇਹ ਤੁਹਾਨੂੰ ਲੱਗਦਾ ਹੁਣ ਸ਼ਾਇਦ ਥੋੜ੍ਹੀ ਮੈਂ ਪ੍ਰੋਵੋਕੇਟਿਵ ਚੀਜ਼ ਕਹਿ ਰਿਹਾ ਹੈਗਾ ਬਟ ਐਕਚੁਲੀ ਯੂ ਇਨਲਾਈਟਨ ਯੂ ਆਈ ਇਨਲਾਈਟਨ ਮੀ ਕਿਉਂਕਿ ਮੇਰੇ ਨਾਲ ਬਾਬਾ ਨਾਨਕ ਵੀ ਆ ਕੇ ਬਹਿ ਜਾਵੇ ਅਤੇ ਮੈਨੂੰ ਰੱਬੀ ਗਿਆਨ ਦੇਵੇ ਨਾ ਅਤੇ ਬਾਬੇ ਨਾਨਕ ਦਾ ਦਿੱਤਾ ਗਿਆਨ ਅਤੇ ਜਿੱਥੇ ਆਉਣਾ ਯੂਟੈਂਸਿਲ ਦੇ ਵਿੱਚ ਉਹਦੇ ਵਿੱਚ ਕੌਣ ਹੈ ਇਟਸ ਆਲਵੇਜ਼ ਮੀ ਦੈਟਸ ਇਨ ਦ ਵੇ So actually, I am the gatekeeper. My sense, I am is the gatekeeper. I am always in the way of being enlightened. But I also hold the key. Je main light andar aan deni hai, buha khol dega, te roshni roshni hai. So I have a lot of charge. I have a lot of responsibility. So what are some of the assumptions jehdiyan assi rakhde haan? Kabir Sahib starts. He says, Duniya hushyar bedar, jagat musiyat hore pai, nigam hushyar pehrua dekhat jam lai jai.
ਇਟਸ ਅ ਲਿਟਲ ਬਿਟ ਡਿਫੀਕਲਟ ਟੂ ਅੰਡਰਸਟੈਂਡ, ਔਖੀ ਹੈ ਥੋੜ੍ਹੀ ਜਿਹੀ ਭਾਸ਼ਾ ਸਮਝਣ ਵਾਲੀ ਨਾ, ਪਰ ਸਮਝਣਾ ਜ਼ਰੂਰੀ ਹੈ. ਕਬੀਰ ਸਾਹਿਬ ਇਜ਼ ਸੇਇੰਗ ਵੇਕ ਅਪ ਐਂਡ ਬੀ ਵਿਜੀਲੈਂਟ ਪੀਪਲ, ਯੂ ਆਰ ਬੀਇੰਗ ਰੋਬਡ ਬਲਾਈਂਡ ਵਾਈਲ ਯੂ ਆਰ ਅਵੇਕ. ਜਾਗਦੇ ਹੋਏ ਲੁੱਟੇ ਜਾ ਰਹੇ ਹੋ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਹੁਸ਼ਿਆਰ ਹੋ ਜਾਓ. ਅਤੇ ਜਿਹੜਾ ਧਾਰਮਿਕ ਗ੍ਰੰਥ ਨੇ, ਧਾਰਮਿਕ ਪੁਸਤਕਾਂ ਨੇ, ਜਿਹੜਾ ਗਿਆਨ ਆ, ਆਲ ਦਿਸ ਰਿਲੀਜੀਅਸ ਵਿਜ਼ਡਮ ਦੈ ਯੂ ਬਿਨ ਲਰਨਿੰਗ, ਯੂ ਨੋ ਦਾ ਵਰਡਸ, ਯੂ ਸਿੰਗ ਦਾ ਵਰਡਸ, ਡਜ਼ ਨਾਟ ਮੈਟਰ, ਜਮ ਲੈ ਜਾਈ. ਬਿਕਾਜ਼ ਹੁਸ਼ਿਆਰ ਹੋ ਕੇ ਨਹੀਂ ਕੀਤਾ, ਹੁਸ਼ਿਆਰ ਬੇਦਾਰ. ਸੋ ਵਟ ਇਜ਼ ਇਟ ਮੀਨ ਟੂ ਬੀ ਵਿਜੀਲੈਂਟ ਵਾਇਲ ਯੂ ਆਰ ਅਵੇਕ? I think you and I might look at ourselves inside and say, you know what, this is for somebody else. I'm good. I'm awake, I'm not asleep. We talked about it. Meri bhan ne bhi hokka ditta siga, vi jaag jao. Because we think we are awake and we are not awake. We have a lot of assumptions. Bade cheezan le ke man ke baithe hain, par oh gurbani vichon nahi aayi hain. So Nanak as Guru. So let's get a little real. Is Nanak Guru? A lot of us think Guru is his first name and Dev is his last name. ਇਹ ਤਾਂ ਜੋਕ ਸੀਗਾ, ਐਡੇ ਸੀਰੀਅਸ ਵੀ ਨਾ ਹੋ ਜਾਓ. ਗੱਲ ਇਹ ਹੈ, ਗੱਲ ਆਪਾਂ ਹੋਣ ਕਰਨੀ, ਅੰਦਰ ਉਹਨੂੰ ਬਹਿਣ ਦੇਣਾ. Nanak is not Guru. Guru ਇੱਕ ਆ, ਉਹੀ ਨਾਨਕ ਦਾ ਵੀ ਗੁਰੂ. ਨਾਨਕ ਇਜ਼ ਨੋਟ ਗੁਰੂ. ਗੁਰਬਾਣੀ ਗਿਵਸ ਅਸ ਮੈਨੀ ਡਿਫਰੈਂਟ ਡਿਸਟਿੰਕਸ਼ਨਸ. ਦੇਰ ਇਜ਼ ਏ ਵਰਡ ਗੁਰ, ਰਾਰਾ ਮੁਕਤਾ, ਦੇਰ ਇਜ਼ ਨੋ ਔਂਕੜ ਅੰਡਰਨੀਥ ਦੈਟ. ਦੇਰ ਇਜ਼ ਏ ਗੁਰ ਰਾਰਾ ਵਿਦ ਐਨ ਔਂਕੜ, ਦੇਰ ਇਜ਼ ਅ ਗੁਰੂ, ਦੇਰ ਇਜ਼ ਅ ਸਤਿਗੁਰ ਵਿਦ ਐਨ ਔਂਕੜ, ਦੇਰ ਇਜ਼ ਅ ਸਤਿਗੁਰੂ, ਦੇਰ ਇਜ਼ ਅ ਪੂਰਾ ਗੁਰੂ. ਯੂ ਗੋ ਟੂ ਸਕੂਲ, ਡੋਂਟ ਯੂ? ਯੂ ਹੈਵ ਟੈਸਟ. All of us are educated. You have to go through diligently. We are tested on the distinctions, what things mean. Je aimi lage ji jaan pad liya na te pad ke soche ke samajh vi gaye te maaf kareo. When we look around jeevan jidda ta nazar aunda te fir is it a surprise? And I'm sharing this with you, why it be much easier for me to talk to you about how great Guru Nanak was, right, about the history. It be much easier because we'd be talking about somebody else. ਕਿਸੇ ਹੋਰ ਬਾਰੇ ਗੱਲ ਕਰਦੇ ਪਏ ਹਾਂ. ਆਪਣੇ ਜੀਵਨ ਵਿੱਚ ਝਾਤ ਮਾਰਨੀ ਆ, ਗੁਰੂ ਨਾਨਕ ਦਾ ਹੁਕਮ ਸਾਨੂੰ ਆ. ਗੁਰੂ ਨਾਨਕ ਇਜ਼ ਵੇਕਿੰਗ ਅਸ ਅਪ ਐਵਰੀ ਮੋਮੈਂਟ ਟੂ ਹੂ ਵੀ ਆਰ ਬੀਇੰਗ ਰਾਈਟ ਨਾਓ. ਬਟ ਵਾਈ ਪ੍ਰਟੈਂਡ? ਇਜ਼ ਇਟ ਜਸਟ ਆਊਟ ਆਫ ਸ਼ੀਅਰ ਲੇਜ਼ੀਨੈਸ, ਔਰ ਦੈਟ ਵੀ ਹੈਵ ਲਾਈਕ ਅ ਸਾਇਲੈਂਟ ਪੈਕਟ ਵਿਦ ਈਚ ਅਦਰ, ਕਿ ਵੀ ਤੂੰ ਮੈਨੂੰ ਕੁਝ ਨਾ ਕਹੀ ਤੇ ਮੈਂ ਤੈਨੂੰ ਕੁਝ ਨਾ ਕਹੂੰ, ਸਾਰੇ ਠੀਕ ਨੇ. ਕਿਸੇ ਨੂੰ ਚੈਲੰਜ ਕਰਨ ਦੀ ਲੋੜ ਹੀ ਨਹੀਂ ਹੈਗੀ ਇੱਕ ਦੂਜੇ ਨੂੰ. ਪਰ ਜੇ ਕਿਸੇ ਨੇ ਇੱਕ ਦੂਜੇ ਨੂੰ ਚੈਲੰਜ ਹੀ ਨਾ ਕੀਤਾ ਤਾਂ ਫਿਰ ਉਹ ਸੰਗਤ ਹੋਈ ਕਿ ਕੁਸੰਗਤ ਹੋਈ? ਇਫ ਵੀ ਡੋਂਟ ਈਵਨ ਟੈਲ ਈਚ ਅਦਰ ਦ ਟਰੂਥ, ਇਜ਼ ਦੈਟ ਰੀਅਲੀ ਕੰਪਨੀ? ਇਜ਼ ਦੈਟ ਕੰਪਨੀ ਡੂ ਵੀ ਵਾਂਟ ਟੂ ਕੀਪ? ਬਿਕਾਜ਼ ਦ ਰੀਅਲ ਟੈਸਟ ਇਜ਼ ਇਫ ਯੂ ਟੈਲ ਮੀ ਸਮਥਿੰਗ ਦੈਟ ਯੂ ਸੀ ਅਬਾਊਟ ਮੀ. ਨਾਓ ਆਈ ਡੋਂਟ ਨੋ ਯੋਰ ਇੰਟੈਂਸ਼ਨਸ, ਬਿਕਾਜ਼ ਐਵਰੀਬਡੀ ਲਾਈਕਸ ਟੂ ਲੁੱਕ ਐਟ ਅਦਰ ਪੀਪਲਸ ਇੰਟੈਂਸ਼ਨਸ. But the question is, how do I take it? Not the intention which somebody else said it. When Nanak was standing in Haridwar giving the water to the other side, loki baithe sige jehde hazaran saalan ton pani de rahe ne suraj de piche apne buzurgan nu, te Nanak Punjab vich apniyan khetan nu pani dena shuru karta, te maaf kariyo lokan da dil nahi si dukhya, lokan di shraddha nahi si tutti? ਬਟ ਗੱਲ ਕੀ ਸੀ? ਕਿ ਗੱਲ ਤਾਂ ਸੱਚਾਈ ਦੀ ਆ ਨਾ, ਪੰਜਾਬ ਦੇ ਖੇਤਾਂ ਨੂੰ ਪਾਣੀ ਨਹੀਂ ਪਹੁੰਚ ਰਿਹਾ, ਅਤੇ ਸੂਰਜ ਦੇ ਪਿੱਛੇ ਗਏ ਹੋਏ ਸਾਰੇ ਗੁਜ਼ਰੇ ਹੋਏ ਬੰਦਿਆਂ ਨੂੰ ਵੀ ਨਹੀਂ ਪਹੁੰਚ ਰਿਹਾ. ਗੱਲ ਤਾਂ ਸਿੱਧੀ ਹੈ, ਤਦ ਤਾਂ ਪਹੁੰਚੀਏ, ਪਰ ਸਾਡਾ ਦਿਲ ਬੜੀ ਛੇਤੀ ਦੁੱਖ ਜਾਂਦਾ. ਵੀ ਗੈਟ ਅਫੈਂਡਡ ਵੈਰੀ ਈਜ਼ਲੀ. ਵੀ ਨਾਟ ਵਿਲਿੰਗ ਟੂ ਵਰਕ ਔਨ ਆਵਰ ਸੈਲਫ ਬਿਕਾਜ਼ ਵੀ ਲਾਈਕ ਟੂ ਸੇ ਦੈਟ ਵੀ ਆਰ ਗੁੱਡ, ਯੂਅਰ ਗੁੱਡ, ਐਵਰੀਬਡੀ ਇਜ਼ ਗੁੱਡ, ਬਟ ਹਾਊ ਕਮ ਥਿੰਗਸ ਆਰਨਟ ਵਰਕਿੰਗ ਆਊਟ? ਦ ਵਰਲਡ ਡਜ਼ਨਟ ਫਲੋ ਵਿਦ ਲਵ. There isn't community present. Reason, we contribute to it. One other thing, Nanak Sahib is being called an avatar.
ਸੁਣੇ ਨੇ ਸ਼ਬਦ, ਤੁਸੀਂ ਸੁਣੇ ਨੇ ਨਾ ਮੋਸਟਲੀ ਇਸ ਕੱਚੀ ਬਾਣੀ। ਗੁਰਬਾਣੀ ਦੇ ਵਿੱਚ ਇਫ ਯੂ ਕੈਨ ਫਾਈਂਡ ਐਨੀਵੇਅਰ ਦੈਟ ਨਾਨਕ ਕਾਲਸ ਹਿਮਸੈਲਫ ਗੁਰੂ, ਪਲੀਜ਼ ਲੈਟ ਮੀ ਨੋ, ਬਿਕੋਜ਼ ਆਈ ਹੈਵ ਨਾਟ ਫਾਊਂਡ ਇਟ। ਦੇਰ ਇਜ਼ ਨੋ ਰੈਕਰਡ ਆਫ ਵੈਨ ਬਾਬਾ ਨਾਨਕ ਖੇਮ ਇਨ ਟੂ ਪ੍ਰਕਾਸ਼, as in wisdom da prakash kadon hoya. So we have chosen to remember the birth of the body, which is not the khed of gurbani. But let me tell you what bani says about avtar. Panjme paasha in pairon says sagal parad deh loroni so mukh jalo jit kahe thakur juni, may that tongue burn that says that the one falls into June, takes form. We'll come back to this. But the pain that we feel on not being enlightened or being challenged by each other, our own brothers and sisters, Kabir Sahib says something about that. And he says, Kabir, ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ। ਸਮਝ ਲੱਗੀ ਥੋੜ੍ਹੀ? ਬਾਂਸ ਇਜ਼ ਲਾਈਕ ਬੈਂਬੂ, ਬਾਂਸ ਦੀ ਵੱਜਦੀ ਹੈ ਬਾਂਸੁਰੀ, ਸੁਣਿਆ ਨਾ? ਇਟਸ ਬਿਊਟੀਫੁਲ ਸਾਊਂਡ ਦੈਟ ਕਮਸ ਆਊਟ ਆਫ ਜਿਹੜੀ ਬਾਂਸੁਰੀ। ਜੇ ਸੁਰ ਹੋਏਗਾ ਤਾਂ ਬਾਂਸ ਸੁਰੀ ਆ, ਜੇ ਸੁਰ ਨਾ ਹੋਇਆ ਤਾਂ ਫਿਰ ਕੀ ਹੈ? ਬਾਂਸ। ਬਟ ਵੀ ਆਰ ਦੋਜ ਪੀਪਲ ਦੈਟ ਆਰ ਸਿਟਿੰਗ ਦੇਅਰ ਗੋਇੰਗ, ਦੇਰ ਇਜ਼ ਨੋ ਸੁਰ, ਬਿਕਾਜ਼ ਵੀ ਆਰ ਬਲਾਈਂਡ। ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਬਜਾਈਏ ਫੂਕ, ਐਂਡ ਦੈਟ ਇਜ਼ ਹਾਊ ਵੀ ਆਰ ਲਿਵਿੰਗ ਆਰ ਲਾਈਫ। ਦੇਰ ਇਜ਼ ਨੋ ਸੁਰ, we are being besure, paas vaj nahi reha. The word sikh, it was just used. Who used it? It was Kabir Sahib. Kabir Sahib used it. So sacha satgur kya kare jo sikha main chook, it was actually prior to Nanak. Farid Sahib is sitting here a couple hundred years before Nanak Sahib. So when we look at Gurbani, this message is eternal, and we need to give it that weight in humanity, that there is centuries, half a millennia worth of experience and guidance and wisdom that is present for us. We are Sikhs of Gur Parmeshwar. Gur Parmeshwar ekko jaan, ਪੰਜਵੇਂ ਪਾਤਸ਼ਾਹ ਦਾ ਮੈਸੇਜ ਹੈ। ਬਟ ਸਾਡੇ ਲਈ ਅਸੀਂ ਵਿਤਕਰਾ ਪਾਇਆ ਹੋਇਆ। ਨਾ ਦ ਕੁਐਸਚਨ ਇਜ਼, ਇਨ ਸਟੇਟਿੰਗ ਦੀਜ਼ ਫੈਕਟਸ ਫਰੋਮ ਗੁਰਬਾਣੀ, ਇਜ਼ ਦੇਰ ਐਨੀ ਕੰਟਰੋਵਰਸੀ ਹੀਅਰ? ਇਜ਼ ਦੇਰ ਐਨੀਥਿੰਗ ਟੂ ਬੀ ਅਫਰੇਡ ਆਫ? ਔਰ ਡੂ ਵੀ, ਇਫ ਵੀ ਆਰ ਟੂ ਸੈਲੀਬ੍ਰੇਟ ਨਾਨਕ, ਵਿਲ ਸੈਲੀਬ੍ਰੇਟ ਦ ਸਪਿਰਿਟ ਆਫ ਨਾਨਕ, ਵਿਚ ਇਜ਼ ਟੂ ਕੁਐਸਚਨ ਐਟ ਸੱਚ ਅ ਯੰਗ ਏਜ, ਐਟ ਐਨ ਓਕੇਜ਼ਨ ਵੈਨ ਦੀ ਇੰਟਾਇਰ ਵਿਲੇਜ ਇਜ਼ ਪ੍ਰੈਜ਼ੈਂਟ for the Janeu ceremony, and Nanak asks a series of questions. Broke it. Do we have that courage to question the things that we are seeing in the spirit of Nanak if we are to celebrate his 550th year this year? So Gurbani calls the outside body that we are celebrating this year as clothing. Kappad roop suhavna, chhad duniya andar javna. Suneya na? I hope I'm not bringing out bani dina tukka that you are unfamiliar with. Ek kappad roop suhavna, jedi body te assi inna time spend karde hai na ki soni lagge, and nothing wrong with that. Assi pride lenne hage apni body nu vi swaran layi. ਪਰ ਜਿੰਨਾ ਟਾਈਮ ਅਸੀਂ ਆਪਣੀ ਬਾਡੀ 'ਤੇ ਸਵਾਰਨ ਨੂੰ ਲਾਉਂਦੇ ਹਾਂ, ਜਿਹੜੀ ਬਾਹਰਲੀ ਬਾਡੀ ਹੈ, ਗੁਰੂ ਨਾਨਕ ਦਾ ਵਿਸ਼ਾ ਉਹ ਨਹੀਂ ਹੈ,
ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇੰਟਰਨਲ ਬਾਡੀ ਜਿਹੜੀ ਹੈ ਦੈਟ ਇਜ਼ ਦ ਫੋਕਸ ਆਫ ਗੁਰਬਾਣੀ ਵਿਚ ਇਜ਼ ਵਟ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਲ ਹੈ ਦ ਵੇ ਵੀ ਮੇਕ ਓਰਨਾਮੈਂਟਸ ਆਰ ਆਫ ਗੋਲਡ ਦੈਟ ਇਜ਼ ਹਾਓ ਇੰਟਰਨਲੀ ਵੀ ਆਰ ਬਰਨਟ ਐਂਡ ਕਾਇਆ ਕੋ ਗੱਲ ਹੈ ਕਾਮ ਕ੍ਰੋਧ We are concerned with the internal body, not the external body. The challenge that we are finding is that neemb payo aamb, te aamb payo neemba. Jo reality hai, sanu oh nazar nahi aa rahi, asi hor cheezan naal jude hoye haan. Jehdi cheez kaudi hai, oh sanu mithi lagni shuru ho gayi hai, te jehdi cheez mithi hai, oh sanu lagdi kaudi. We are coming up at the end of my time. I've been given the signal, so I will respect that and bring this to a close with a couple of important things. What is the highest distinction in Gurbani? It is actually Pagat and Pagati. A Sikh engages in that. Har jug jug Pagat upaya, paaj rakhda aya. ਸੁਣਿਆ ਨਾ ਸਾਰਿਆਂ ਨੇ ਹਰਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸ਼ਰਨ ਆਈ ਈਵਨ ਇਨ ਜਪ ਬਾਣੀ ਬਾਬਾ ਨਾਨਕ ਸਹਿਜ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਬਗੈਰ ਗੁਣਾਂ ਦੇ Without virtues in my life, bhagti nahi honi. Vin gun kite bhagat na hoye. So gun da ki hega? And this is where we need to be very clear. You may have heard something today from me, I won't lump everybody else in, that maybe you did not like. It's okay. It's okay if you didn't like it. Because the guidance of Gurbani is, ਗੁਣਾਂ ਕਾ ਹੋਵੇ ਵਾਸੁਲਾ ਕਡਵਾਸ ਲਈਜੈ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ ਜੇ ਗੁਣ ਪ੍ਰੈਜੈਂਟ ਨੇ ਤਾਂ ਫਿਰ ਮਿਲ ਕੇ ਸਾਂਝ ਕਰ ਲਈਏ ਅਤੇ ਕੋਸ਼ਿਸ਼ ਤੁਹਾਡੇ ਨਾਲ ਮੇਰੇ ਵੀਰਾਂ ਭੈਣਾਂ ਨਾਲ ਅੱਜ ਇਹੀ ਹੈ ਕਿ ਅਸੀਂ ਕੁਝ ਗੁਣਾਂ ਦੀ ਸਾਂਝ ਕਰੀਏ ਜਿਹੜੇ ਕਿ ਬਾਬੇ ਨਾਨਕ ਦੀ ਲਾਈਫ 'ਚੋਂ ਅਤੇ ਗੁਰਬਾਣੀ ਦੇ ਥਰੂ ਸਾਨੂੰ ਸੇਧ ਮਿਲਦੀ ਹੈ ਪਰ ਜਿੱਥੇ ਗੁਣ ਪ੍ਰੈਜੈਂਟ ਹੈ It's a bouquet of flowers. Smell it. And if you don't find something, leave it. So my invitation to you is, je tanu na milya, je augan milya, te fir unnu chhad jana. And be brave. Use Bibek and Nanak as an example to challenge yourself and each other with love. And help this be a community that Nanak would be proud of. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ